लो मेरे वीरो जिहड़े पालन तैयार सी अज उह वी करता आपां खतम। ते कल इन्हां ने म्यूजिक सिस्टम लिआंदा सीगा ते उत्थों मोगिआं लिआ सी टुक्की वालिआं दे, ते मैं तां गिआ सी मैनूं कम्म जिहा सीगा। ते अज आ देखो तुहानूं फिट करा दिखावांगे ते तुहानूं दिखाउने आ म्यूजिक सिस्टम कहो जिहा बणिआ, दस्सिओ तुहानूं कहो जिहा लग्गिआ तुहानूं दिखाउने आ। ते आ देखो आ वी इन्हां ने कल लिआंदी आ, ये शीशे वाली जगह ते फिट हो जाणा। ਇਹ ਕੈਮ ਜੀ ਲਿਆਉਂਦੀ ਆ, ਇੱਥੇ ਸ਼ੀਸ਼ਾ ਫਿੱਟ ਹੋਜੂਗਾ ਜੇ ਲਾਉਣਾ ਹੋਵੇ। ਵੈਸੇ ਤਾਂ ਲਾਉਣਾ ਨਹੀਂ ਗਾ ਸੀ। ਆਹੀ ਭੋਰਾ ਕੇ 700 ਦੀ ਆਈ ਆ, ਦੱਸਿਓ ਕਿਵੇਂ ਲੱਗੀ ਆ ਵੀ। ਅਤੇ ਟਰੈਕਟਰ ਕਰ ਲਿਆ ਆਪਾਂ ਸਟਾਰਟ, ਅਤੇ ਸਿਸਟਮ ਦਾ ਮੈਨੂੰ ਲੱਗਦਾ ਉਹ ਗੱਡੀ 'ਚ ਪਿਆ, ਤੁਹਾਨੂੰ ਦਿਖਾਉਂਦੇ ਹਾਂ। ਉਹ ਗੱਡੀ ਲੈ ਕੇ ਜਾਣੀ ਆ ਨਾ, ਅਤੇ ਗੱਡੀ 'ਚ ਸਿਸਟਮ ਪਿਆ ਉਹ ਵੀ ਲੈ ਜਾਣਾ, ਅਤੇ ਤੁਹਾਨੂੰ ਦਿਖਾਉਂਦੇ ਹਾਂ ਫਿੱਟ ਕਰਕੇ, ਨਾਲੇ ਦੱਸਿਓ ਕਿਹੋ ਜਿਹਾ ਲੱਗਿਆ। ਚਲੋ ਬਈ ਟਰੈਕਟਰ ਕਰ ਲਿਆ ਸਿੱਧਾ ਇੱਧਰ, ਅਤੇ ਆਹ ਦੇਖੋ ਗੱਡੀ 'ਚ ਪਿਆ। ਆਹ ਦੇਖੋ ਲਾ ਕੇ ਦਿਖਾਵਾਂਗੇ ਤੁਹਾਨੂੰ, ਦੱਸਿਓ ਕਿਵੇਂ ਲੱਗਿਆ। ਆਹ ਫਰੰਟ ਸਾਈਡ ਹੈ ਜੀ ਮੂਹਰੇ, ਅਤੇ ਦੱਸਿਓ ਕਿਵੇਂ ਲੱਗਿਆ। ਹਾਲੇ ਤਾਂ ਫਿੱਟ ਹੋ ਕੇ ਸੋਹਣਾ ਲੱਗੂਗਾ ਨਾ, ਹਾਲੇ ਤਾਂ ਇੱਥੇ ਪਿਆ ਪੁੱਠਾ, ਅਤੇ ਦੱਸਿਓ ਕਿਵੇਂ ਲੱਗਿਆ ਫਿਰ। ਚਲੋ ਚੱਲਦੇ ਹਾਂ ਲਗਾਉਣ ਅਤੇ ਫਿੱਟ ਕਰਕੇ ਦਿਖਾਉਂਦੇ ਹਾਂ। ਲਓ ਜੀ ਆਪਾਂ ਚੱਲੇ, ਅਤੇ ਉੱਥੋਂ ਹੀ ਲਵਾਉਣਾ ਜਿੱਥੋਂ ਟਾਇਰਾਂ 'ਚ ਪਾਣੀ ਕਢਾ ਸੀ ਨਾ ਪਿੰਡੀ, ਉੱਥੋਂ ਹੀ ਫਿੱਟ ਕਰਾਉਣਾ। ਅਤੇ ਮਿਸਤਰੀ ਮਿਲਾਂ ਦਾ ਵੀ ਇੱਧਰ ਆਇਆ ਬਰਫੀ ਕਹਿੰਦਾ, ਦੇਖਦੇ ਹਾਂ ਲੈ ਕੇ ਆਉਂਦਾ ਬਰਫੀ ਰੁੱਤ ਜਾਣੂ। ਆਪਾਂ ਚੱਲਦੇ ਹਾਂ ਜਾਣੂ ਦੁਕਾਨ 'ਤੇ, ਚਲੋ ਦਿਖਾਉਂਦੇ ਹਾਂ ਤੁਹਾਨੂੰ ਉੱਥੇ ਜਾ ਕੇ। ਲਓ ਜੀ ਜਿੱਥੇ ਟਾਇਰਾਂ 'ਚ ਪਾਣੀ ਕਢਾਇਆ ਸੀ ਉੱਥੇ ਪਹੁੰਚ ਚੁੱਕੇ ਹਾਂ, ਅਤੇ ਮਿਸਤਰੀ ਵੀ ਹੈਗਾ, ਅਤੇ ਦੇਖਦੇ ਹਾਂ ਕਰਾਉਂਦੇ ਹਾਂ ਫਿੱਟ, ਤੁਹਾਨੂੰ ਦਿਖਾਉਂਦੇ ਹਾਂ ਫਿਰ ਗੱਲਬਾਤ ਪੂਰੀ ਚਲਾ ਕੇ ਦਿਖਾਵਾਂਗੇ। ਆਹ ਪਾਸੇ ਨਵੇਂ ਜਾਣਾ ਮੂਹਰਲੀ ਸਾਈਡ ਆ, ਇਹਨੇ ਜਾ ਕੇ ਉਹਦੇ ਨਾਲ ਲੱਗ ਜਾਣਾ ਯੂ ਦੇ, ਹਾਂ ਅਤੇ ਇਹਨਾਂ ਦੇ ਖੜ ਜੂ ਖੁੱਲਜੂਗਾ। ਮੈਂ ਤਾਂ ਆਪ ਕਹਿੰਦਾ ਇੱਥੇ ਨਟ ਹੋਰ ਕੱਢ ਦਾਂਗੇ, ਮੈਂ ਕਹਿੰਦਾ ਗਲੀ ਆਏ ਰਹਿਣਾ ਤਾਂ ਕਹਿੰਦਾ ਖੜਨ ਲੱਗਿਆ ਨਾ, ਟੁੱਟ ਇੱਕ ਇੱਕ ਗਲੀ ਹੋਰ ਕੱਢ ਹੋਊਗੀ ਭਾਰਾ ਇੰਨਾ ਇਹਦਾ ਟੁੱਟ ਜੂ ਹੈ ਨਾ, ਟੁੱਟ ਜੂਗਾ ਤਾਂ ਨਾ ਐਂਗਲ ਵੀ ਹੌਲੀ, ਐਂਗਲ ਭਾਰੀ ਹੁੰਦੇ ਜਿਵੇਂ ਉਹ ਨੇ ਉਹ ਐਂਗਲਾਂ ਭਾਰੀਆਂ, ਨਾਲੇ ਚਲਾਈ ਵੀ ਹੋਰ ਆ। ਲਓ ਜੀ ਹਲ ਕੱਢਦੇ ਆਪਾਂ, ਤੇ ਹਲਾਂ ਸੁਣਿਆ ਟਰੈਕਟਰ ਅੰਦਰ ਵੜਨਾ ਨੀ ਸੀਗਾ, ਵਾੜਦੇ ਅੰਦਰ ਤੇ ਸਿਸਟਮ ਵੀ ਲਾ ਲਿਆ ਆਪਾਂ। ਔਰ ਇਹਨੂੰ ਲਿਆ ਔਰੇ ਨੂੰ ਕੰਮ ਹੋ ਗਿਆ ਸ਼ੁਰੂ, ਆਹ ਪੱਤੀਆਂ ਕੱਟ ਕੇ ਫੇਰ ਲੱਗੂਗਾ ਉਹ। ਲਓ ਜੀ ਪੱਤੀਆਂ ਤਾਂ ਵੜਤੀਆਂ, ਅਤੇ ਆਹ ਇੱਕ ਜਿਹਦੇ ਆਪਣੀ ਟੇਪ ਲੱਗੀ ਸੀ ਇਹਦੀ ਪੱਤੀ ਵੱਢ ਥੱਲੇ ਘਰ ਹੋਊਗੀ ਕਿਉਂਕਿ ਆਉਣੀ ਨਹੀਂ ਹੈ, ਅਤੇ ਜਿਹੜੇ ਆ ਨਟ ਨੇ ਇਹਦੇ ਅੰਦਰ ਨੂੰ ਸੀਗੇ ਇਹਦੇ ਬਾਹਰ ਨੂੰ ਕੱਢੇ ਆ, ਵਾਸਾ ਆਉਣਾ ਨਹੀਂ ਸੀਗਾ ਵਾਸਾ ਪਾਟ ਦਾ ਆਪਣਾ, ਅਤੇ ਚਾਰੇ ਨਟ ਕੱਢਣੇ ਦੋ ਉੱਧਰ ਸੀ ਦੋ ਇੱਧਰ ਸੀਗੇ, ਅਤੇ
ਤਾਏ ਲਾਈਟ ਦੀ ਹੈ ਨਾ ਤੇ ਆ ਪੱਕੀ ਪੱਟ ਕੇ ਬਸ ਉੱਤੇ ਵਾਲੀ ਇੱਕ ਥੱਲੇ ਲਾ ਦੇਣੀ ਆ ਤੇ ਆਪਣੀ ਟੇਪ ਫਿੱਟ ਹੁੰਦੀ ਹੋ ਜੂਗੀ ਪਰਲੇ ਪਾਸੇ ਉਹ ਹੋਣਾ ਹੌਲੀ 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 ਚੱਕ ਕੇ ਤੂੰ ਤਾਂ ਕਿੱਧਰ ਨੂੰ ਦੇਖੀ ਪੈਪ ਨਾਲ ਸੱਟ ਲੈ ਨਾਲ ਆ ਗਿਆ ਵਿੱਚ ਇੱਧਰ ਵੀ ਆ ਗਿਆ ਮੇਰੀ ਗੱਲ ਤਾਂ ਪੈਪ ਦੇ ਥੱਲੇ ਦੇ ਲੋ ਜਿੰਨਾ ਚੱਕਣਾ ਪੈਪ ਦੇ ਚੱਕਾ ਜਾਓ ਉੱਥੇ ਟੁੱਟ ਲੱਗ ਜਾਓ ਉਧਰ ਵੀ ਦੇ ਲੋ ਬਸ ਖੜ ਜਾਓ ਉੱਠ ਕੇ ਸਪੀਕਰ ਹੋ ਜਾਊਗਾ ਸਪੀਕਰ ਪਾਸੇ ਲਾਓ ਉਹ ਬਹੁਤ ਆਉਣਾ ਮਾੜਾ ਜਿਹਾ ਸਾਹ ਜਿਹਾ ਵੀ ਆਉਣ ਦੇ ਉਹਨੂੰ ਹੋਰ ਨਾ ਉੱਥੇ ਬੜਾਕੇ ਚ ਵੀ ਤੇਲ ਸਤਰੀ ਸੁਤਰੀ ਚੱਕ ਲਓ ਫਿਰ ਰੁੜ ਜਾਂਦਾ ਇੱਧਰ ਆਇਆ ਮੇਰੇ
टांकी लगे डब्बे भी लावे मगरों मगरों बाहर तक हूं अंदर कर थल मोहरे मगर नु करने गुटके जी ना डिग जाने शराब मूहरे बाले कर दिया पत्ती बेच दे ली हाथ रखा अंदर हो थे बड़ा कर देना सरिया देना चली जाओ
पूरी लो जी पहला सही नहीं आवा सी हूँ देखो है ना ला लो जी चला दो जी माड़िया लाइटा काम चलाऊ जा करता मतलब राड़े तारा पवा के लेके आवांगे ते आ देखो पिछे भी लाइट जी चल पी रात दिखावांगे हाले तक थोड़ा दिखे नहीं जाना रात चला के दिखावांगे थानू आलू भी देने ने ते आ टेप टूप इत्थे फिट करा दी आपां पहिलां जिहड़े लंबे लोड सीगी ते आ तार गई होई सानू यार थाली गई दसो कि लगता यार देख के दसो जरूर यार कमेंटा कि लगता बाकी रात दिखावांगे रात में सारा दिखूगा अगर हले तो चानना ना नहीं चल चलो चंद का करता गाना रात में पता सुना नहीं सर कॉपी राइट आई होगा कलियो धंप चलाई हले भी फुल नहीं छड़ी होनी है घर करके ना हले चाजना मतलब वायरिंग करा के लेके आवांगे सही नहीं है हल पा ला पहना हल पा ला हल पा ला देख लें हल पवा दे पहना पूरा जायदा है ना ਕਿਵੇਂ ਲੱਗਦਾ ਬਈ ਆ ਵੀ ਸਿੱਧੂ ਮੂਸੇ ਵਾਲਾ ਸ਼ਰਟ ਪਾਈ ਫਿਰਦਾ ਮੁੰਡਾ ਸਿੱਧੂ ਮੂਸੇ ਵਾਲਾ ਦੇਖੋ ਬਈ ਪਹਿਲਾਂ ਨਾਲ ਤਾਂ ਪਹਿਲਾਂ ਫਲੈਕਸ ਕੀ ਨਾ ਕਰ ਲਈ ਹੁਣ ਤਾਂ ਸਿਰਾ ਹੀ ਕੀਤਾ ਪਿਆ ਤਾਂ ਹੀ ਤੈਨੂੰ ਕਿਹਾ ਸੀਗਾ ਬਈ ਜੇ ਵਧੀਆ ਨਾ ਲੱਗਾ ਬਦਲਾ ਦਾਂਗੇ ਤੇ ਕਈਆਂ ਨੂੰ ਵਧੀਆ ਨਹੀਂ ਲੱਗੀ ਸੀਗੀ ਫੋਟੋ ਜੀ ਤੇ ਹੁਣ ਦੇ ਹੱਥ ਹੀ ਘਰਾ ਦੀ ਕਹਿੰਦਾ ਮੁੰਡਿਆਂ ਨੇ ਚਲੋ ਹਾਲ ਪਵਾ ਦਈਏ ਤੇ ਆਹ ਦੱਸਿਓ ਕਿਵੇਂ ਲੱਗਿਆ गार्डर लग रहा देखने का गलबात आ गई बिच पिछे देख गबे लो जी एक भी ला दी फिर आड़े चलो जी फिर ਰਾੜੇ ਆ ਕੇ ਵਾਇਰਿੰਗ ਕਰਾ ਕੇ ਆਉਂਦੇ ਹਾਂ ਚੱਲ ਦਿਆਂ ਚੱਲ ਚੱਲ ਚੰਗਾ ਬਈ ਕਿਵੇਂ ਲੱਗਦਾ ਵਧੀਆ ਲੱਗਿਆ ਪੂਰਾ ਬਾ ਠੀਕ ਤੂੰ ਦੱਸ ਬਈ ਬਾ ਠੀਕ ਆ ਬਈ ਚਲੋ ਬਈ ਚਲਤੇ ਹਾਂ ਮਿਹਨਤ ਵਸੂਲ ਹੋ ਗਈ ਬਈ ਮੁੰਡਿਆਂ ਨੇ ਮਿਹਨਤ ਕੀਤੀ ਕੱਲ੍ਹ ਸਾਰਾ ਦਿਨ ਲਾ ਕੇ ਆਏ ਨੇ
ਤੇ ਦਿੱਤੇ ਹੁੰਦੇ 15 20 ਦਿਨ ਹੋ ਗਏ ਸੀਗੇ ਉੱਥੇ ਬਹਿ ਕੇ ਕੋਲੇ ਖੜ ਕੇ ਕੰਮ ਕਰਾ ਹੁੰਦਾ ਤੇ ਦੇਖੋ ਗੱਲਬਾਤ ਲੱਗ ਰਹੀ ਆ ਮਤਾਂ ਹੀ ਸਾਹ ਆ ਤੇ ਬਾਕੀ ਤੁਹਾਨੂੰ ਰਾਤ ਨੂੰ ਚਲਾ ਕੇ ਦਿਖਾਵਾਂਗੇ ਹਨੇਰੇ 'ਚ ਵੱਧ ਵਧੀਆ ਦਿਖੂਗਾ ਹਾਲੇ ਉਹ ਲਾਈਟਾਂ ਮੱਚ ਰਹੀਆਂ ਨੇ ਪਰ ਚਾਨਣ 'ਚ ਦਿਖ ਨਹੀਂ ਰਹੀਆਂ ਹੈਗੀਆਂ ਚਲੋ ਚੱਲਦੇ ਹਾਂ ਰਾੜੇ ਨੂੰ ਫਿਰ ਆਪਾਂ ਵਾਇਰਿੰਗ ਕਰਾ ਕੇ ਆਉਂਦੇ ਹਾਂ ਜੀ ਸਹੀ ਹੁਣ ਇਹ ਖੰਡਾਰਾ ਜਿਹਾ ਪਿਆ ਪਿਆ ਅਤੇ ਛੱਤਰੀ ਵੀ ਇਹਦੀ ਛੇਤੀ ਉਹ ਲਵਾ ਦੇਣੀ ਆ ਦੇਖੋ ਟੁੱਟੀ ਪਈ ਆ ਜਮਾਂ ਸਾਰਾ ਉਹ ਕਰਾ ਦੇਣਾ ਹੁਣ ਜੈਂਗੋ ਬਣਾਉਣਾ ਜੈਂਗੋ ਚਲੋ ਮਿਲਦੇ ਹਾਂ ਲਓ ਜੀ ਰਾੜੇ ਆ ਗਏ ਸੀਗੇ ਅਤੇ ਇੱਥੋਂ ਕਰਾਉਂਦੇ ਜੀ ਵਾਇਰਿੰਗ ਵੂਇਰਿੰਗ ਪੂਰੀ ਅਤੇ ਛੱਤਰੀ ਛੁੱਤਰੀ ਵੀ ਬਦਲਾਉਣੀਆਂ ਦੇਖੋ ਜਮੇ ਟੁੱਟੀ ਪਈ ਆ ਆਹ ਸਾਰੀਆਂ ਲਾ ਦੇਣੀਆਂ ਨੇ ਘਰੇ ਲਾ ਕੇ ਰੱਖ ਦੇ ਜਦੋਂ ਚਲਾਵਾਂਗੇ ਫਿਰ ਉਦੋਂ ਲਾ ਦਾਂਗੇ ਆਹ ਵੀ ਲਾ ਦਿੰਦੇ ਹਾਂ ਆਹ ਸਾਰੀਆਂ ਲਾਈਟਾਂ ਲੁੱਟਾਂ ਜੀਆਂ ਲਾ ਕੇ ਰੱਖ ਦਾਂਗੇ ਆਹ ਬਾਲਾ ਹੀ ਖੰਡਾਰਾ ਜਿਹਾ ਖੰਡਿਆ ਪਿਆ ਉਹ ਫਿਰ ਉਹਦੀ ਆ ਲਾਈਟ ਵਾਲੀ ਆ ਉਹਨੂੰ ਲਾ ਦਿੰਦੇ ਹੁਣ ਇੱਥੇ ਕਾਹ 'ਚ ਪਾ ਦਿੰਦੇ ਹਾਂ ਲਾ ਕੇ ਪਾਲਾ ਗੜ ਨੂੰ ਟਾਈਆਂ ਹੁਣ ਆਪਦੇ ਹੈ ਤੇਰੇ ਪਾਉਣੀਆਂ ਨੇ ਜੇ ਮੇਰੇ ਪਾ ਦੇ ਆਪਾਂ ਇਹ ਕੈਮਰਾ ਦਾ ਕਰਤਾ ਕੰਮ ਜਿਹਾ ਖੜਾ ਤੀ ਦੋ ਬਾਸ਼ ਨੱਤੇ ਪਾ ਦੀਆਂ ਦੋ ਥੱਲੇ ਪਾ ਦੀਆਂ ਹੁਣ ਨਹੀਂ ਹਿਲਦੀ ਜਮਾ ਇਹ ਕੈਮਰਾ ਦੇਖੋ ਕਿਵੇਂ ਲਾ ਦਿਆ ਯਾਰ ਘੈਂਟ ਦਾ ਦੋ ਦੋ ਇਹ ਕੈਮਰਾ ਉਹ ਇਹ ਕਹਿਮਾ ਦੋ ਹੋ ਗਈਆਂ ਯਾਰ ਇੱਕ ਲਹਾ ਦੋ ਹੈ ਓਏ ਉਹ ਇਹ ਕਹਿਮਾ ਆਹ ਦੋ ਦੋ ਹੋ ਗਈਆਂ ਯਾਰ ਇਹ ਕਹਿਮਾ 47 ਆ ਚੱਲ ਜਿਹੜੀ ਮਰਜ਼ੀ ਇਹ ਕਹਿਮੀ ਆ ਪਬਜੀ ਦਾ ਇਹ ਕਹਿਮੀ ਕਹਿੰਦੇ ਨੇ ਇਹਨੂੰ ਪਬਜੀ ਦੀ ਲਾਈਫ ਫਿਰਦਾ ਉਰੇ ਰੀਅਲ ਲਾਈਫ ਬਸ ਪਬਜੀ ਦੀ ਲਾਈਫ ਲਓ ਜੀ ਆਪਾਂ ਤਾਰਾਂ ਆਨ ਕਰਾ ਦਿਆਂ ਸੀਗੀਆਂ ਵੇਟਿੰਗ ਵੇਟਿੰਗ ਟੇਪ ਜੀ ਕਰਾਉਣੀ ਸੀਗੀ ਇਹਦੇ ਪਿੱਛੇ ਬਸ ਦੇ 2 ਲੱਖ ਮਿੰਟ ਪਰ ਚੱਕ ਦੇਣਗੇ ਜਸ਼ਨ ਹੋਣੀ ਆ ਕਹਿੰਦੇ ਬਹੁਤ ਵੱਡੇ ਇੰਜੀਨੀਅਰ ਕਹਿੰਦੇ ਸਭ ਤੋਂ ਵੱਡੇ ਇੰਜੀਨੀਅਰ ਆ ਗਏ ਆ ਦੇਖੋ ਤੇ ਆਹ ਜਗ੍ਹਾ ਤੇ ਟੇਪ ਜੀ ਕਰਾਉਣੀ ਆ ਆਹ ਕੋਕੇ ਜੇ ਐਵੇਂ ਦੇਖਦੇ ਰੱਖ ਲਾਂਗੇ ਇਹ ਤਾਂ ਟੇਪ ਕਰਾ ਦਾਂਗੇ ਕਰਾਤੀ ਸੀਗੀ ਫੀਟਿੰਗ ਜੀ ਸਾਰੀ ਆ ਉਹ ਲਵਾਤਾ ਆਹ ਫਿੱਟ ਕਰਾਤਾ ਤੇ ਕਰਾ ਦੀਏ ਟੇਪ ਫਿਰ ਦੇਖਦੇ ਹਾਂ ਕਿਵੇਂ ਲੱਗਦਾ ਮੈਂ ਵੀ ਇਹੀ ਕਿਹਾ ਸੀ ਮੈਂ ਪਾਣੀ ਤਾਂ ਨਹੀਂ ਪੈਂਦਾ ਕਹਿੰਦੇ ਨਹੀਂ ਅੱਗੇ ਵੀ ਕਹਿੰਦੇ ਪੈਂਦਾ ਸੀਗਾ ਥੱਲੇ ਵੀ ਕਿਹੜਾ ਕੁਛ ਹੈਗਾ ਕਹਿੰਦੇ ਥੱਲੇ ਨੂੰ ਨਹੀਂ ਪੈਣਾ ਪੈਣਾ ਵਾ ਕਿਹਾ ਸੀ ਮੀਂਹ ਪੈਂਦਾ ਮੈਂ ਕਿਹਾ ਮੀਂਹ ਪਊਗਾ ਕਹਿੰਦੇ ਨਹੀਂ ਪੈਣਾ ਇਹਨੂੰ ਐ ਥੱਲੇ ਨੂੰ ਆ ਕੇ ਨੀਵਾ ਬਣ ਜਾਂਦਾ ਸੀ ਠੀਕ ਲੱਗਦੀ ਆ ਤੇ ਆਹ ਚੀਜ਼ ਫਿੱਕੀ ਆ ਜਿਹੜੇ ਟੇਪ ਕਰਾਉਣੀ ਆ ਸਾਰੀ ਦੀ ਆਹ ਕੋਕੇ ਦੇਖਦੇ ਰੱਖ ਲੈਣਾ ਹੈ ਪਰਮੀ ਕਹਿੰਦਾ ਰੱਖ ਲੈਣੇ ਆ ਪੁੱਛ ਲਾ ਓਏ ਆਹ ਕਹਿੰਦਾ ਕੋਕੇ ਕਵਰ ਕਰਾ ਦੇ ਵੀਰੋ ਨਾਰਾਜ਼ਗੀ ਜਾਹਿਰ ਕਰਦੇ ਹੋਏ ਕਹਿੰਦੇ ਟੁੱਚਾਂ ਨਹੀਂ ਲਵਾਉਣੀਆਂ ਸੀਗੀਆਂ ਕਹਿੰਦੇ ਗਲੀਆਂ ਕਢਾ ਕੇ ਨੱਟ ਪਾਉਣੇ ਸੀਗੇ ਨਾਰਾਜ਼ਗੀ ਕਰਦੇ ਹੋਏ ਜਾਹਿਰ ਤੇ ਇਹਦਾ ਟੇਪ ਖੜਨੀ ਨਹੀਂ ਬਾਈ ਕਹਿੰਦਾ ਹੁਣ ਤਾਂ ਟੇਪ ਲੱਗਣੀ ਹੈ ਨਹੀਂ ਕੈਂਸਲ ਕੈਂਸਲ ਕਰਦਾ ਕੰਮ ਤੇ ਆਹ ਮਗਰਾੜਾਂ ਦੇ ਕਰਾ ਦੇਣੀਆਂ ਦਹਾ ਕੇ ਪਾਟੀ ਜੀ ਪਈ ਆ ਭੱਦੀ ਜੀ ਹੋਈ ਪਈ ਆ ਸਾਰੀ ਤੇ ਡੈਗਾ ਜੀ ਤੁਹਾਨੂੰ ਕੀ ਪਸੰਦ ਨਹੀਂ ਆਇਆ ਫਿਰ ਸਾਡਾ ਲਵਾਇਆ ਹੋਇਆ ਦੱਸੋ ਜੀ ਹੈ ਡੈਗਾ ਜੀ ਜੀ ਥੋੜ੍ਹੀ ਹੋਰ ਤੇ ਸੂਚੀ ਕਰਾਂਗਾ ਦੋ ਉਂਗਲ ਆਹਾ ਪਾਣੀ ਪੈਣ ਦਾ ਬਹੁਤ ਘੱਟ ਜਾਣਾ ਸੀ ਥੋੜੇ ਜਿਹਾ ਮੀਂਹ ਦਾ ਪਾਣੀ ਹੈ ਨਾ ਥੋੜੀ ਪੈਣਾ ਇਹਦਾ ਥੱਲੇ ਤੇ ਇੱਧਰ ਤਾਂ ਵਾਇਰਿੰਗ ਹੈ ਥੱਲੇ ਤਾਂ ਕੀ ਪੈਣਾ ਪਾਣੀ ਹਮਨੇ ਵੀ ਇਹੀ ਬਾਤ ਕਹੀ ਸੀ ਡੈਗਾ ਜੀ ਮੂਰੋਂ ਥੋੜਾ ਜਿਹਾ ਉੱਚਾ ਰੱਖਣਾ ਨੇ ਮਗਰੋਂ ਥੋੜੀ ਢਾਣਾ ਦਾ ਥੱਲੇ ਦੇ ਵੀ ਇਧਰੋਂ ਥੱਲੇ ਰਹਿੰਦਾ ਮੂਰੇ ਉੱਚਾ ਹੈ ਵੀ ਪਾਣੀ ਉਹ ਨਾ ਮਿਲ ਪਾਣੀ ਮਾੜਾ ਮੋਟਾ ਡੇਗਦਾ ਵੀ ਐ ਬਾਕਸ ਇਹਦੀ ਟਾਪਾ ਲਵਾ ਦੋ ਹੁਣ ਕੋਈ ਫਿਰ ਪਰ ਇਹ ਬੰਦ ਹੋ ਜਾਣਾ ਸਾਹ ਨਹੀਂ ਆਉਂਦਾ ਲੱਗੂਗਾ ਪਲਾਸਟਿਕ ਦਾ ਵਿੱਚ ਉਹ ਲਓ ਜੀ ਮਗਰਾੜਾਂ ਦੇ ਟੇਪ ਦਾ ਕਰਤੀ ਹੈ ਪੂਰਾ ਕਰਤਾ ਮਗਰਾੜਾਂ ਦਾ ਤੇ ਆਪਾਂ ਇਹਦੇ ਵੀ ਸਮੋਕ ਟ੍ਰੇ ਟੇਪ ਜੀ ਕਰਾ ਲੈਣੇ ਸਟਿੱਕਰਾਂ ਦੇ ਤੇ ਜੇ ਵਧੀਆ ਲੱਗੀ ਰੱਖ ਲਾਂਗੇ ਨਹੀਂ ਫਿਰ ਲਾ ਲਾਂਗੇ ਥੋੜ੍ਹਾ ਟਾਈਮ ਰੱਖ ਕੇ ਤੇ ਮਗਰਾੜਾਂ ਦੇ ਤਾਂ ਕਰਤੀ ਹੈ ਨਾ
ਲਓ ਜੀ ਆ ਥਣੇ ਤੁਹਾਨੂੰ ਕਹੀ ਦਿਖਾਵਾਂਗੇ ਤੇ ਆ ਸਮੋਕ ਟ੍ਰੇਪ ਵੀ ਕਰਾ ਲਿਆ ਅੰਤ ਜੀ ਮਾੜੀ ਲਾਈਟ ਮਾਰੀ ਸਮੋਕ ਟ੍ਰੇਪ ਤੇ ਆਪਣੇ ਆਪ ਤੇ ਸਿਆਦਾ ਲਾਈਟਾਂ ਨਾ ਬਹੁਤ ਘੱਟ ਆ ਦੇਖੋ ਲਾਈਟ ਚੰਨ ਸਿੱਧੇ ਦਿਖਣਗੀਆਂ ਨਾ ਇਹ ਤੇ ਕਰਾਤੀ ਜੀ ਤੇ ਆ ਦੇਖੋ ਰਾਤ ਨੂੰ ਹਾਂ ਉਹ ਚਾਨਣ ਜਿਹਾ ਪੈਂਦਾ ਹੈ ਨਾ ਆਹ ਦੇਖੋ ਰਾਤ ਨੂੰ ਬਾਹਲਾ ਸੋਹਣਾ ਲੱਗਦਾ ਤੇ ਦੱਸਿਓ ਕਿਵੇਂ ਲੱਗਿਆ ਸਵੇਰੇ ਦਿਖਾਈ ਤੁਹਾਨੂੰ ਦੂਜੇ ਲੋਟ ਹੁਣ ਚਾਨਣ ਦੱਸਿਓ ਕਿਵੇਂ ਲੱਗਿਆ ਤੇ ਠੀਕ ਆ ਜੀ ਕਰਦੇ ਹਾਂ ਬਲੌਗ ਖਤਮ ਅੱਜ ਇੱਥੇ ਤੇ ਜ਼ਰੂਰ ਦੱਸਿਓ ਯਾਰ ਕਿਵੇਂ ਲੱਗਿਆ ਨਾ ਚਲੋ ਠੀਕ ਹੈ ਮਿਲਦੇ ਹਾਂ ਕੱਲ੍ਹ ਨੂੰ ਕੱਲ੍ਹ ਵਾਲੇ ਬਲੌਗ 'ਚ ਕੱਲ੍ਹ ਨੂੰ ਵੀ ਬਣਾਵਾਂਗੇ ਬਾਹਣ ਬੁਣ ਜਾਣਾ